दोस्तों आज असी तुहानू इस वीडियो विच इस तरह दीयां दो चीज़ां बारे दसांगे जिन्हां नू मिला के खाण नाल तुसी अपने शरीर दीयां बहुत सारीयां बीमारियां ठीक कर सकदे हो अते शरीर नू तंदुरुस्त रख सकदे हो। जे तुहानू हड्डियां दी कमजोरी है, मांसपेशियां दी कमजोरी है, हाई ब्लड प्रैशर दी समस्या है, शरीर विच बुरा कोलेस्ट्रॉल वधदा है, शुगर है जां फिर दिल संबंधी कोई भी समस्या है तां इह नुस्खा इक वार जरूर लो, तुहाड़ियां इह सब समस्यावां ठीक हो जाणगियां। इस तों इलावा जो लोग अपने मोटापे तों परेशान हन अते अपने शरीर दी फालतू चर्बी घटाउणा चाहुंदे हन उहनां लई भी इह नुस्खा बहुत ज़्यादा फायदेमंद है। दोस्तों तुसीं इस नुस्खे नूं अपने घर विच आसानी नाल बना सकदे हो। इह नुस्खा बहुत सारियां बीमारियां नूं जड़ तों खत्म करदा है। हुण असीं तुहानूं दसदे हां इह नुस्खा किस तरह बनाउणा है अते किस तरह लैणा है। इस तों पहलां जे तुसीं साडा फेसबुक अते यूट्यूब चैनल सेहत पंजाब हैल्थ सबसक्राइब नहीं कीता तां कर लो। दोस्तों इस नुस्खे च सब तों पहली चीज़ जो चाहीदी है ओह है मखाणे। इन्हां मखाणियां विच बहुत सारे दवाइयां वाले गुण हुंदे हन। इह इक ताकत दा खजाना है। इस नूं खाण नाल शरीर विच एनर्जी पैदा हुंदी है। दोस्तों इत्थे असीं अद्धी कौली मखाणे लैणे हन। हुण असीं जिहड़ी दूजी चीज़ लैणी है ओह है किक्कर दी गूंद। ਇਹ ਬੜੀ ਆਸਾਨੀ ਨਾਲ ਕਰਿਆਨੇ ਦੀ ਦੁਕਾਨ ਤੋਂ ਮਿਲ ਜਾਵੇਗੀ। ਦੋਸਤੋ ਕਿੱਕਰ ਦੀ ਗੂੰਦ ਵਿੱਚ ਬਹੁਤ ਸਾਰੇ ਗੁਣ ਹੁੰਦੇ ਹਨ ਜੋ ਸਾਡੀ ਇਮਿਊਨਿਟੀ ਨੂੰ ਮਜ਼ਬੂਤ ਕਰਦੇ ਹਨ। ਇਸ ਦੇ ਨਾਲ ਨਾਲ ਇਹ ਸਾਡੇ ਦਿਲ ਨੂੰ ਤੰਦਰੁਸਤ ਰੱਖਦਾ ਹੈ। ਕਿੱਕਰ ਦਾ ਗੂੰਦ ਲੈਣ ਨਾਲ ਸ਼ੂਗਰ ਕੰਟਰੋਲ ਵਿੱਚ ਰਹਿੰਦਾ ਹੈ। ਜੇ ਤੁਹਾਨੂੰ ਪੇਟ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ, ਪੇਟ ਵਿੱਚ ਇਨਫੈਕਸ਼ਨ ਹੈ, ਤਾਂ ਇਸ ਨਾਲ ਇਹ ਸਭ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਖਾਂਸੀ ਜ਼ੁਕਾਮ, ਸਰੀਰ ਵਿੱਚ ਜਕੜਨ, ਮਾਸਪੇਸ਼ੀਆਂ ਦੀ ਕਮਜ਼ੋਰੀ, ਜੋੜਾਂ ਦਾ ਦਰਦ, ਕੋਲੇਸਟ੍ਰੋਲ ਅਤੇ ਸਰੀਰ ਦੀ ਅੰਦਰੂਨੀ ਕਮਜ਼ੋਰੀ, ਇਹ ਸਭ ਸਮੱਸਿਆਵਾਂ ਨੂੰ ਠੀਕ ਕਰਨ ਲਈ ਇਹ ਇੱਕ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ। ਦੋਸਤੋ ਇੱਥੇ ਅਸੀਂ ਇੱਕ ਚੌਥਾਈ ਕੌਲੀ ਗੂੰਦ ਲੈਣੀ ਹੈ। ਦੋਸਤੋ ਇਸ ਨੁਸਖੇ ਨੂੰ ਬਣਾਉਣ ਦੇ ਲਈ ਇੱਕ ਪੈਨ ਲੈਣਾ ਹੈ ਅਤੇ ਉਸ ਵਿੱਚ ਇੱਕ ਚਮਚ ਦੇਸੀ ਘਿਓ ਪਾਓ। ਸਭ ਤੋਂ ਪਹਿਲਾਂ ਕਿੱਕਰ ਦੇ ਗੂੰਦ ਨੂੰ ਇਸ ਘਿਓ ਵਿੱਚ ਫਰਾਈ ਕਰ ਲਓ। ਫਿਰ ਇਸੇ ਤਰ੍ਹਾਂ ਮਖਾਣਿਆਂ ਨੂੰ ਵੀ ਫਰਾਈ ਕਰ ਲਓ। ਜੇਕਰ ਤੁਸੀਂ ਆਪਣਾ ਵਜ਼ਨ ਘੱਟ ਕਰਨਾ ਚਾਹੁੰਦੇ ਹੋ ਤਾਂ ਇਸ ਵਿੱਚ ਘਿਓ ਦਾ ਇਸਤੇਮਾਲ ਘੱਟ ਕਰੋ। ਦੋਸਤੋ ਇਹ ਦੋਨੋਂ ਚੀਜ਼ਾਂ ਨੂੰ ਫਰਾਈ ਕਰਕੇ ਮਿਲਾ ਲਓ। ਹੁਣ ਇਹ ਨੁਸਖਾ ਬਣ ਕੇ ਤਿਆਰ ਹੈ। ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਇਹ ਨੁਸਖਾ ਲੈਣਾ ਕਦੋਂ ਹੈ। ਦੋਸਤੋ ਇਸ ਨੁਸਖੇ ਨੂੰ ਸਵੇਰੇ ਖਾਣਾ ਖਾਣ ਤੋਂ ਬਾਅਦ ਜਾਂ ਫਿਰ ਦਿਨ ਵਿੱਚ ਕਿਸੇ ਵੀ ਸਮੇਂ ਲੈ ਸਕਦੇ ਹੋ। ਜੇ ਤੁਹਾਨੂੰ ਕੈਲਸ਼ੀਅਮ ਦੀ ਕਮੀ ਹੈ, ਜੋੜਾਂ ਵਿੱਚ ਦਰਦ ਹੁੰਦਾ ਹੈ, ਹੱਡੀਆਂ ਕਮਜ਼ੋਰ ਹਨ, ਤਾਂ ਇਸ ਨੁਸਖੇ ਨੂੰ ਦੁੱਧ ਵਿੱਚ ਮਿਲਾ ਕੇ ਲਓ। ਇਸ ਦੇ ਫਾਇਦੇ ਦੁੱਗਣੇ ਹੋ ਜਾਣਗੇ। ਇਹ ਨੁਸਖਾ ਬਹੁਤ ਹੀ ਜ਼ਿਆਦਾ ਅਸਰਦਾਰ ਹੈ। ਇਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਠੀਕ ਹੁੰਦੀਆਂ ਹਨ। ਉਮੀਦ ਹੈ ਇਹ ਨੁਸਖਾ ਤੁਹਾਡੇ ਲਈ ਫਾਇਦੇਮੰਦ ਹੋਵੇਗਾ। ਵੀਡੀਓ ਦੇਖਣ ਲਈ ਧੰਨਵਾਦ।